ਗੁਰਦੀਪ ਸਿੰਘ ਢਿੱਲੋੜੇ XMLA ਫਿਰੋਜ਼ਪੁਰ ਫਰੀਦਕੋਟ ਨੇ ਇਹਨਾਂ ਨੇ ਆਪਣੀ MLAship ਦੀ ਟਨਿਓਰ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜਾ ਇਨਕਮ ਜਿਹੜਾ ਉਹ ਇਲੀਗਲ ਵੀ ਨਾਲ ਇਕੱਠੀ ਕੀਤੀ ਹੈ ਚਾਰ ਕੇ ਫਿਰ ਅਸੀਂ ਜਿਹੜਾ ਇਹਦਾ ਪ੍ਰੋਪਰ ਵੇ ਨਾਲ ਇਹਦੀ ਜੀ ਪ੍ਰੋਸੀਜਰ ਸਾਰਾ ਅਡੋਪਟ ਕਰਕੇ ਜਿਹੜੀ FIR ਲੌਂਚ ਕੀਤੀ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ ਕੋਈ ਇਧਰੋਂ ਐਂਟਰੀ ਚੁੱਕੀ ਇਧਰੋਂ ਪਾਲੀ ਇਧਰੋਂ ਪ੍ਰੋਪਰ ਪ੍ਰੋਸੀਜਰ ਅਡੋਪਟ ਹੁੰਦਾ ਜਿੰਨਾ ਉਹਦਾ ਟਨਿਓਰ ਹੈ ਟਨਿਓਰ ਦੇ ਵਿੱਚ ਉਹਦੀ ਇਨਕਮ ਉਹਦਾ ਖਰਚ ਇਹ ਸਾਰਾ ਜਿਹੜਾ ਹੀ ਜਿਹੜਾ ਵੈਰੀਫਾਈ ਹੁੰਦਾ ਹੈ ਕੁਝ ਸਮਾਂ ਪਹਿਲਾਂ ਜਿਹੜੀ ਇੱਕ ਵਿਜੀਲੈਂਸ ਇਨਕੁਆਇਰੀ ਚੱਲਦੀ ਸੀ ਜਿਹਦੇ ਵਿੱਚ ਉਹਦਾ ਵਿੱਚ ਇਹ ਐਲੀਗੇਸ਼ਨ ਸੀ ਕਿ ਗੁਰਦੀਪ ਸਿੰਘ ਢਿੱਲੋੜੇ XMLA ਫਿਰੋਜ਼ਪੁਰ ਫਰੀਦਕੋਟ ਨੇ ਇਹਨਾਂ ਨੇ ਆਪਣੀ MLAship ਦੀ ਟਨਿਓਰ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜਾ ਇਨਕਮ ਜਿਹੜਾ ਉਹ ਇਲੀਗਲ ਵੀ ਨਾਲ ਇਕੱਠੀ ਕੀਤੀ ਹੈ ਉਹ 'ਚ ਅਸੀਂ ਜਿਹੜਾ ਡਿਸਪ੍ਰਪੋਰਸ਼ਨੇਟ ਅਸੈਟਸ ਹੁੰਦਾ ਜਿਹੜਾ ਸਾਡੇ ਕੇਸ ਹੁੰਦਾ ਇਹਦੇ ਵਿੱਚ ਵੀ ਜਿਹਦੇ ਕੋਲ ਉਹਦੀ ਨੋਨ ਸੋਰਸ ਆਫ ਇਨਕਮ ਤੋਂ ਜਿਹਦੇ ਵੱਧ ਸੋਰਸ ਹੋਣ ਉਹਦੀ ਇਨਕੁਆਇਰੀ ਖੁੱਲਦੀ ਹੈ ਉਹ ਅਸੀਂ ਜਿਹੜੀ ਇਹਦੀ ਇਨਕੁਆਇਰੀ ਕਰੀ ਬੜੀ ਥਰੋਲੀ ਕੀਤੀ 2-3 ਮਹੀਨੇ ਲਾ ਕੇ ਅਸੀਂ ਹਰ ਪਹਿਲੂ ਤੋਂ ਜਿਹੜਾ ਇਹਨੂੰ ਵਿਚਾਰਿਆ ਗਿਆ ਜਿਹੜਾ ਇਹਦੇ ਕੇਸ ਨੂੰ ਵਿਚਾਰ ਕੇ ਫਿਰ ਅਸੀਂ ਜਿਹੜਾ ਇਹਦਾ ਪ੍ਰੋਪਰ ਵੇ ਨਾਲ ਇਹਦੀ ਜਿਹੜੀ ਪ੍ਰੋਸੀਜਰ ਸਾਰਾ ਅਡੋਪਟ ਕਰਕੇ ਜਿਹੜੀ FIR ਲੌਂਚ ਕੀਤੀ ਹੈ FIR ਲੌਂਚ ਕਰਕੇ ਅੱਜ ਅਸੀਂ ਇਹਨੂੰ ਜਿਹੜਾ ਅਸੀਂ ਇਸ ਕੇਸ ਵਿੱਚ ਅਰੈਸਟ ਕਰ ਲਿਆ ਹੁਣ ਜਿਹੜੀ ਸਾਡੀ ਜਿਹੜੀ ਇਹਦੀ ਜਿਹੜੀ ਪੁੱਛਗਿੱਛ ਜਾਰੀ ਹੈ ਇਸ ਕੱਲ੍ਹ ਇਹਨੂੰ ਅਸੀਂ ਜਿਹੜਾ ਫਰੀਦਕੋਟ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰਾਂਗੇ ਦੇਖੋ ਇਹਦੀ ਸਾਡੇ ਫਿਗਰ ਵਰਕ ਹੁੰਦਾ ਮਤਲਬ ਵੀ ਆਲਮੋਸਟ ਜਿਹੜਾ 245 ਜਿਹੜਾ 100 ਜਿਹੜਾ ਪਰਸੈਂਟ ਹੈ ਜਿਹੜਾ ਇਨਕਮ ਇਹਦੀ ਖਰਚੇ ਦਾ ਇਸਦਾ ਇੰਨਾ ਪਰਸੈਂਟ ਜ਼ਿਆਦਾ ਸੀਗਾ ਸਰ ਕਿੱਥੋਂ ਅਰੈਸਟ ਕੀਤਾ ਹੈ ਇੱਥੋਂ ਆਪਣੇ ਫਿਰੋਜ਼ਪੁਰ ਤੋਂ ਕੀਤਾ ਅਰੈਸਟ ਸਰ ਜਦੋਂ ਕਾਰਵਾਈ ਹੁੰਦੀ ਹੈ ਠੀਕ ਹੈ ਵੀ ਰੋਕ ਵੀ ਲੱਗਦੇ ਆ ਮਤਲਬ ਕਿ ਪਾਰਟੀਆਂ ਵੀ ਰੋਕ ਲੱਗਦੀ ਆ ਵੀ ਬਿਜ਼ਨਸ ਦੇ ਮਤਲਬ ਕਿ ਉਹ ਪਾਰਟੀਬਾਜ਼ੀ ਕਰਕੇ ਜਾਂ ਮਤਲਬ ਕਿ ਸੱਤਾ ਕਰਕੇ ਉਹ ਕਿੱਤਾ ਵੀ ਦੇਖੋ ਇਹਦੇ ਵਿੱਚ ਜਿਹੜਾ ਅਸੀਂ ਕਾਰਵਾਈ ਕਰਦੇ ਹਾਂ ਬਿਲਕੁਲ ਡਾਕੂਮੈਂਟ ਬੇਸਡ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਹੀਅਰ ਸੇ ਤਾਂ ਕੁਛ ਨਹੀਂ ਹੁੰਦਾ ਹੈ ਕਿ ਉਹ ਬੜੇ ਲੈਵਲਸ ਤੋਂ ਜਿਹੜਾ ਸਕਰੂਟਨਾਈਜ਼ ਹੁੰਦਾ ਜਿਹੜਾ ਪਟੀਸ਼ਨ ਕਰਕੇ ਸਾਰੀ ਫਿਰ ਹੀ ਜਿਹੜਾ ਇਹ ਜਿਹੜਾ ਕੇਸ ਜਿਹੜਾ ਤਿਆਰ ਹੁੰਦਾ ਇਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ ਕੋਈ ਇਧਰੋਂ ਐਂਟਰੀ ਚੁੱਕੀ ਇਧਰੋਂ ਪਾਲੀ ਇਧਰੋਂ ਪ੍ਰੋਪਰ ਪ੍ਰੋਸੀਜਰ ਅਡੋਪਟ ਹੁੰਦਾ ਜਿੰਨਾ ਉਹਦਾ ਟਨਿਓਰ ਹੈ ਟਨਿਓਰ ਦੇ ਵਿੱਚ ਉਹਦੀ ਇਨਕਮ ਉਹਦਾ ਖਰਚ ਇਹ ਸਾਰਾ ਜਿਹੜਾ ਹੀ ਜਿਹੜਾ ਵੈਰੀਫਾਈ ਹੁੰਦਾ ਹੈ ਸਰ ਐਸ ਐਮ ਕਿੱਥੇ ਰੱਖਿਆ ਗਿਆ ਇਸ ਟਾਈਮ ਸਾਡੇ ਇੱਥੇ ਦਫ਼ਤਰ ਹੀ ਹੈ ਨਹੀਂ ਇਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜੋਗੇ ਕਿ ਸਰ ਹਾਂ ਇਹਨਾਂ ਦੇ ਨਾਲ ਜਿਹੜੇ ਇੱਕ ਰਾਜਵਿੰਦਰ ਹੈ ਇੱਕ ਗੁਰਸੇਵਕ ਹੈ ਇਹ ਉਹ ਬੰਦੇ ਜਿਨ੍ਹਾਂ ਦੇ ਨਾਂ ਤੇ ਇਹਨਾਂ ਨੇ ਟ੍ਰਾਂਜੈਕਸ਼ਨਾਂ ਹੋਈਆਂ ਸੀਗੀਆਂ ਪੈਸੇ ਦੀਆਂ ਕਾਫੀ ਜ਼ਿਆਦਾ ਜੀ ਤੇ ਉਹਨਾਂ ਗ੍ਰਿਫਤਾਰੀ ਹੋ ਚੁੱਕੀ ਸਰ ਨਹੀਂ ਉਹਨਾਂ ਵੱਲ ਜਿਹੜਾ ਪਾਰਟੀ ਪਰਸਿਊ ਕਰ ਰਹੀ ਉਹ ਵੀ ਗ੍ਰਿਫਤਾਰ ਕਰ ਲਾਂਗੇ ਜੀ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਤਿੰਨ ਬੰਦੇ ਜਿਹੜੇ ਨੋਮੀਨੇਟ ਹੈ FIR 'ਚ ਇੱਕ ਜਿਹੜਾ ਇਸ ਟਾਈਮ ਜਿਹੜਾ ਉਹ ਗ੍ਰਿਫਤਾਰ ਕੀਤਾ ਥੈਂਕ ਯੂ